ਨਮਸਕਾਰ ਜੀ, ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼ ਅਤੇ ਮੈਂ ਆਪਣੇ ਪਿੱਛੇ ਦਿਖਾਉਣਾ ਚਾਹ ਰਿਹਾ ਵਾਂ। ਮੈਂ ਹਾਂ ਤੁਹਾਡਾ ਆਪਣਾ ਹੀ ਸ਼ਸ਼ੀਰ ਧੀਂਗੜਾ। ਆਪਣੇ ਭਾਗ ਪਿੱਛੇ ਦਿਖਾਉਣ ਜਾ ਰਿਹਾ ਵਾਂ। ਨੌਜਵਾਨ ਵੀ ਸੇਵਾ ਦੇ ਵਿੱਚ ਅੱਗੇ ਜਾ ਰਹੇ ਨੇ ਅਤੇ ਗਰੀਬਾਂ ਨੂੰ ਘਰ ਘਰ ਲੰਗਰ ਵੰਡਣ ਜਾ ਰਹੇ ਨੇ। ਮੇਰੇ ਪਿੱਛੇ ਜੋ ਸਮਾਨ ਲੱਗਿਆ ਤੁਸੀਂ ਗੱਡੀ ਦੇ ਵਿੱਚ ਵੇਖ ਰਹੇ ਹੋ, ਇਹ ਵੀ ਮੁਹੱਲਿਆਂ ਦੇ ਵਿੱਚ ਵੰਡਣ ਜਾ ਰਹੇ ਨੇ। ਜੋ ਗਰੀਬਾਂ ਨੂੰ ਰਾਸ਼ਨ ਨਾ ਪਹੁੰਚ ਰਿਹਾ, ਖਾਣ ਪੀਣ ਦੀ ਕਮੀ ਨਾ ਆਵੇ, ਕੋਈ ਭੁੱਖ ਦੁੱਖ ਕੋਈ ਐਸਾ ਨਾ ਰਹੇ। ਮੇਰੇ ਨਾਲ ਇੱਥੇ ਇੱਕ ਵੀਰ ਮੌਜੂਦ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਉਪਰਾਲਾ, ਕੀ ਉਪਰਾਲਾ ਕਰ ਰਹੇ, ਕੀ ਨਾਂ ਜੀ? ਸਤਿ ਨਮਸਕਾਰ ਜੀ। ਜੈ ਸ਼੍ਰੀ ਰਾਮ ਜੀ। ਕੀ ਨਾਂ ਜੀ ਤੁਹਾਡਾ ਜੀ? ਮੇਰਾ ਨਾਮ ਕੁਨਾਲ ਜੋਸ਼ੀ ਹੈ ਜੀ। ਜੀ, ਅਤੇ ਅਸੀਂ ਆਪਣੇ ਸਾਥੀਆਂ ਦੇ ਯੋਗਦਾਨ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਆ ਮਹਾਂਮਾਰੀ ਇੰਨੀ ਫੈਲੀ ਹੋਈ ਆ, ਲੋਕਾਂ ਨੂੰ ਖਾਣ ਲਈ ਖਾਣਾ ਨਹੀਂ ਮਿਲ ਰਿਹਾ, ਉਹ ਅਸੀਂ 250 ਪਰਿਵਾਰਾਂ ਵਾਸਤੇ ਖਾਣਾ ਤਿਆਰ ਕੀਤਾ ਜੋ ਕਿ ਅਸੀਂ ਸਭ ਦੇ ਘਰ ਘਰ ਜਾ ਕੇ ਪਹੁੰਚਦਾ ਕਰਾਂਗੇ ਜੀ। ਉਹ ਅਸੀਂ ਮੇਰੇ ਸਾਥੀ ਜਿਨ੍ਹਾਂ ਨੇ ਦੱਸਿਆ ਕਿ ਖਾਣਾ ਤਿਆਰ ਕੀਤਾ ਅਤੇ ਘਰ ਘਰ ਪਹੁੰਚਾਉਣਗੇ। ਕੈਮਰਾਮੈਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼।